ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਮੇਰੇ ਵੱਲੋਂ ਮੈਂ ਦੇਖਣੇ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਮੇਰੀ ਦੁਆ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਤੁਹਾਡੇ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰੇ, ਸਦਾ ਹੱਸਦੇ ਰਹੋ, ਮੁਸਕਰਾਉਂਦੇ ਰਹੋ। ਇਸ ਤੋਂ ਨਾਲ ਜੀ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ। ਸ਼ਾਮ ਹੋ ਗਈ ਆ ਅਤੇ ਸ਼ਾਮ ਦੇ ਖਾਣੇ ਦੀ ਤਿਆਰੀ ਕਰਾਂਗੇ। ਜਿਵੇਂ ਤੁਸੀਂ ਪਾਣੀ ਲੈ ਕੇ ਆ ਗਿਆ ਅਤੇ ਅੱਜ ਅਸੀਂ ਬਣਾਉਣੀ ਆ ਜੀ ਮਸਰਾਂ ਦੀ ਦਾਲ, ਮੂੰਗੀ ਮਸਰਾਂ ਦੀ ਦਾਲ, ਅਤੇ ਬਣਾਵਾਂਗੇ ਹਰੀਆਂ ਮਿਰਚਾਂ ਵਾਲੀ। ਅਤੇ ਇਹ ਜੀ ਹਰੀਆਂ ਮਿਰਚਾਂ ਵਾ, ਮੇਰਾ ਕਾਫੀ ਦਿਨਾਂ ਤੋਂ ਨਾ ਦਿਲ ਕਰ ਰਿਹਾ ਕਿ ਮਿਰਚ ਮੰਗ ਕਹਿੰਦੀ ਪਾਪਾ ਖਾ ਲਾ। ਡੰਡੀ ਤੋੜ ਲੈਂਦੀ ਜਿਹੜਾ ਡੰਡੀ ਤੋੜੋ। ਇੰਨੀ ਗਰਮੀ ਹੈ, ਪੱਖਾ ਚਲਾ ਲਓ, ਫਿਰ ਬਾਹਰੋਂ ਵੀ ਹਵਾ ਆਉਣ ਲੱਗ ਜਾਂਦੀ ਹੈ। ਹਾਂ ਜੀ, ਮਾੜਾ ਜੀ ਦੰਦੀ ਲਾਈ ਆ ਤੇ ਹੁਣ ਚੀਨੀ ਖਾਂਦਾ ਫਿਰਦਾ। ਚਲੋ ਵਜ਼ੂ ਕਰੋ, ਸਵਾਰ ਪੜੋ। ਚਲੋ ਤੁਸੀਂ ਪੜੋ ਬੇਟਾ। ਐਸੇ ਨਹੀਂ ਕੱਟਦੇ, ਅੰਮੀ ਪਾਸ ਚਲੇ ਜਾਓ ਆਪ, ਪੈਰ ਮਿਰਚਾਂ ਕੁੱਟਣਾ। ਪਹਿਲੀਆਂ ਮਾਈਆਂ ਨਾ ਲਾਲ ਮਿਰਚਾਂ ਇਸ ਟਾਈਮ ਕੁੱਟਦੀਆਂ ਹੁੰਦੀਆਂ ਸੀ, ਕੁੱਟ ਕੇ ਤੇ ਫਿਰ ਹਾਂਡੀ ਬਣਾਉਂਦੀਆਂ ਸੀ, ਤੇ ਉਦੋਂ ਕਿਸੇ ਦੇ ਮਿਹਤੇ ਦਾ ਮਸਲਾ ਵੀ ਨਹੀਂ ਬਣਦਾ ਸੀ ਨਾ। ਮੇਰੀ ਖਾਲਾ ਹਜੇ ਵੀ ਹੱਥ ਨਾਲ ਕੁੱਟ ਕੇ ਪਾਉਂਦੀ ਹੈ। ਹਾਂ ਹਾਂ, ਉਹਦਾ ਬੜਾ ਟੇਸਟ ਆਉਂਦਾ, ਬੜੀ ਮਜ਼ੇ ਦੀ ਹਾਂਡੀ ਬਣਦੀ। ਉਹਦੀ ਨਾ ਕਰੋ ਕਿ ਹੀਰਾ ਨੇ ਡੋਲ ਦਿੱਤੀ ਹੁਣ ਤੁਸੀਂ ਡੋਲਦੇ। ਚਲ ਚੁੱਕੋ ਬੇਟਾ ਹੀਰਾ। ਹੀਰਾ ਨੂੰ ਵੀ ਡਾਂਡੇ, ਚਲੋ ਉਹਨਾਂ ਨੇ ਕਿਹਾ ਚਲੋ ਅੰਮੀ ਪਾਉਣ ਗਈ ਰੋਂਦੀ, ਤਾਂ ਕਿ ਮਿਰਚਾਂ ਅਗਰ ਬੱਚਿਆਂ ਦੀ ਅੱਖ ਦੀ ਮਾੜੀ ਜੀ ਵੀ ਨਾ ਛਿੱਟਾ ਚਲਿਆ ਜਾਵੇ ਨਾ ਬਹੁਤ ਜਲਨ ਹੁੰਦੀ ਹੈ, ਉਹ ਸਾਫ ਜਾਂਦਾ, ਇਸ ਕਰਕੇ ਜਿਵੇਂ ਚਲੋ ਡਾਂਟ ਕੇ ਭੇਜ ਦਿੱਤੀ ਹੈ। ਮੇਰਾ ਨਾ ਜੱਗ ਟੁੱਟ ਗਿਆ, ਨਹੀਂ ਤਾਂ ਮੈਂ ਉਹਦੇ 'ਚ ਪਾ ਕੇ ਗ੍ਰੈਂਡ ਕਰ ਲੈਣਾ ਸੀ। ਨਵਾਂ ਮੈਨੂੰ ਲਿਆ ਕੇ ਦਿੱਤਾ ਜੀ, ਮੈਂ ਲਿਆ ਦਊਂ ਠੰਡਾ ਨਿਕਲ ਜਾਣਾ। ਹਰੀਆਂ ਮਿਰਚਾਂ ਮੈਂ ਕੁੱਟ ਲਈਆਂ ਵਾਂ, ਅਤੇ ਇਹ ਜੀ ਮਸਰਾਂ ਦੀ ਦਾਲ ਔਰ ਮੂੰਗੀ ਦੇ ਕੁਛ ਦਾਣੇ ਆ। ਇਹਨੂੰ ਮੈਂ ਪਾਣੀ 'ਚ ਵਾਸ਼ ਕਰਕੇ ਲੈ ਕੇ ਆਉਂਦੀ ਹਾਂ, ਨਾਲੇ ਕੁੱਕਰ ਨੂੰ ਲੇ ਲਗਾ ਕੇ ਲੈ ਕੇ ਆਉਂਦੀ ਹਾਂ, ਅਤੇ ਫਿਰ ਮੈਂ ਹਾਂਡੀ ਨਾ ਰੱਖਦੀ ਹਾਂ। ਪਾਣੀ ਪਾਣੀ ਅੱਛਾ ਜੀ, ਸਾਰੀਆਂ ਚੀਜ਼ਾਂ ਨਾ ਮੈਂ ਜਮ੍ਹਾਂ ਕਰ ਲਈਆਂ ਵਾਂ, ਅਤੇ ਹੁਣ ਪਾ ਲੈਂਦੇ ਹਾਂ ਜੀ ਕੁੱਕਰ 'ਚ। ਵਿੱਚ ਮੂੰਗੀ ਦਾਲ ਪਾਈ, ਮੂੰਗੀ ਦੀ ਵੀ ਵਿੱਚ ਮਿਕਸ ਹਾਂ ਜੀ, ਉਹ ਕਹਿੰਦੇ ਸੀ ਥੋੜੀ ਜੀ ਪਾ ਲਓ। ਸਹੀ ਹੈ, ਬੱਚੇ ਬਾਹਰ ਚਲੇ ਗਏ, ਮੈਨੂੰ ਨੀਂਦ ਆਉਣ ਡਈ ਆ, ਮੈਨੂੰ ਨੀਂਦ ਹੀ ਆਉਣ ਡਈ। ਤੂੰ ਸੁੱਤਾ ਕਿੱਥੇ ਆ ਸਾਰਾ ਦਿਨ, ਤਾਂ ਪਹਿਲਾਂ ਅੱਡੇ 'ਤੇ ਚਲਾ ਗਿਆ। ਚਲੋ ਗੱਪ ਸ਼ੱਪ ਲਾਈ ਰੱਖਦੇ, ਘਰ ਰੌਣਕ ਮੇਲਾ ਲੱਗਿਆ ਰਹਿੰਦਾ ਨਾ, ਘਰ ਤਾਂ ਕੋਈ ਜੀਵ ਗਿਆ ਹੋਵੇ ਨਾ।
ਕੀ ਪੀਂਦੀ ਲਾਰਾ? ਹਰ ਇੱਕ ਦੀ ਜਗ੍ਹਾ ਆਪਣੀ ਆਪਣੀ। ਮੈਂ ਪਾਣੀ ਡੋਲ ਕੇ ਲੈ ਕੇ ਦਿੰਦੀ, ਉਹਦੇ ਦੇਰ ਲੱਗ ਜਾਂਦੀ ਪਾਣੀ। ਚਲੋ ਡੋਲ ਲਿਓ ਪਾਣੀ। ਤਾਰ ਟੁੱਟ ਗਈ, ਬਿਜਲੀ ਵਾਲੀ ਤਾਰ ਟੁੱਟ ਗਈ ਨਾ, ਉਹਦਾ ਜੋੜ ਲਾ ਕੇ ਆਉਂਦਾ। ਪਹਿਲਾਂ ਮੇਰੀ ਸਲਾਹ ਇੱਕ ਦਫ਼ਾ ਨਾ, ਮੈਂ ਮਿਰਚਾਂ ਕੁੱਟੀਆਂ ਸੀ, ਜਿਹੜਾ ਸਾਗ ਮੂੰਹ 'ਚ ਪੈ ਰਿਹਾ ਐਡ ਕਰ ਲਿਆ ਜੀ। ਇਹ ਜੀ ਹਰੀਆਂ ਮਿਰਚਾਂ, ਸਾਗ ਯਾਦ ਆ ਗਿਆ ਹਰੀਆਂ ਮਿਰਚਾਂ ਵਾਲੇ ਵਿੱਚ। ਇਹ ਤਾਂ ਮੇਰਾ ਦਿਲ ਵੀ ਕਰਦਾ ਖਾਣੇ ਸਾਗ ਵਾਲਾ ਪਰਾਠਾ, ਕਿਸੇ ਨੇ ਬੀਜਿਆ ਵੀ ਨਹੀਂ। ਹਲਦੀ ਪਾ ਲਾਂ ਇੱਕ ਦਫ਼ਾ, ਨਮਕ ਪਾ ਲਿਆ ਵਾ, ਹਲਦੀ ਪਾਉਣੀ ਹੈ ਅਤੇ ਹੋਰ ਹਰੀ ਮਿਰਚ ਮੈਨੂੰ ਕਾਫੀ ਲੱਗਦੀ ਆ ਨਾ, ਪਤਾ ਨਹੀਂ ਵਾਹਵਾ ਹੀ ਆ। ਫਿਰ ਨਾ ਪਾ, ਚਲੋ ਬਸ ਕਰੋ ਹਿਸਾਬ ਤਾਂ ਉਹੀ ਹੋ ਜਾਣਾ ਫਿਰ। ਬੱਚਿਆਂ ਨੇ ਖਾਧੀ ਤਾਂ ਫਿਰ ਬੱਚਿਆਂ ਨੇ ਵੀ ਖਾਣੀ ਹੈ ਨਾ, ਫਿਰ ਜ਼ਿਆਦਾ ਹਜੇ ਫਾਇਦਾ। ਅੱਲਾ ਖੈਰ ਕਰੇਗਾ, ਜੋ ਉਸ ਨਰਕੇ ਦਾ ਪਾਣੀ ਇਹਦੇ ਨਾਲ ਅਸੀਂ ਪਕਾਉਣੀ ਹੈ ਜੀ ਦਾਲ ਅਤੇ ਪਹਿਲੇ ਖਿਆਲ ਨਾਲ ਪਾਣੀ ਦਾ, ਇਹਦਾ ਬੇਟੀ ਨੂੰ ਗਿਰ ਜਾਣਾ ਕੁਛ ਮਾਰ ਦਿੰਦੀ, ਕੁੰਡਾ ਅਤੇ ਘੋਟਣਾ ਵੀ ਸਾਫ਼ ਕਰਨਾ ਨਾ। ਸਹੀ ਮਿਰਚਾਂ ਵਾਲਾ ਪਕੜੋ ਚਲੋ ਰੱਖੋ ਚੁੱਲ੍ਹੇ ਤੇ। ਇਹ ਕੱਟਣੀ ਪੈਣੀ ਮੈਨੂੰ ਲੱਗਦਾ ਹੁਣ, ਦੇਖ ਲਓ ਨਹੀਂ ਗਲੀਆਂ 'ਚ ਹੋਰ ਲਾ ਲਓ। ਆ ਮੇਰੀ ਸ਼ਹਿਜ਼ਾਦੀ ਕਿੱਥੋਂ ਆਈ ਆ, ਹੂੰ ਬਾਹਰ ਗਿਆ ਸੀ ਮੇਰਾ ਬੇਟਾ, ਹੂੰ ਹੀਰਾ ਦੀ ਆਦਤ ਮੈਨੂੰ ਬਹੁਤ ਅੱਛੀ ਲੱਗਦੀ, ਮੋਈ ਤਰ੍ਹਾਂ ਨੰਗੀ ਪੈਰੀ ਨੱਠੀ ਰਹਿੰਦੀ। ਅੱਛਾ ਜੀ, ਦਾਲ ਇੱਕ ਦਫ਼ਾ ਮੈਂ ਨੀਚੇ ਉਤਾਰੀ ਸੀ ਅਤੇ ਢੱਕਣ ਖੋਲ੍ਹਿਆ ਸੀ, ਲੇਕਿਨ ਥੋੜ੍ਹੀ ਜਿਹੀ ਨਾ
ਮੈਨੂੰ ਨਾ ਕਸਰ ਲੱਗਦੀ ਸੀ, ਅੱਛੀ ਤਰ੍ਹਾਂ ਨਾ ਮਿਕਸ ਨਹੀਂ ਸੀ ਹੋਈ। ਮੈਂ ਥੋੜ੍ਹਾ ਜਿਹਾ ਪਾਣੀ ਗਰਮ ਕਰਕੇ ਨਾ ਹੋਰ ਅਤੇ ਵਿੱਚ ਪਾ ਕੇ ਨਾ ਅਤੇ ਦੁਬਾਰਾ ਫਿਰ ਢੱਕਣ ਬੰਦ ਕਰ ਦਿੱਤਾ ਵਾ। ਅਤੇ ਮੈਂ ਕਿਹਾ ਜਿਹੜੀ ਘੂਲੀ ਦਾਲ ਹੋਵੇ ਨਾ ਸਾਨੂੰ ਤਾਂ ਉਹ ਪਸੰਦ ਆ। ਅਤੇ ਇਹ ਮੈਂ ਲਸਣ ਕੁੱਟ ਲਿਆ ਵਾ ਅਤੇ ਇਹ ਪਾ ਦਿੰਦੀ ਹਾਂ ਜੀ ਫਰਾਈ ਪੈਨ 'ਚ, ਤੁੜਕਾ ਬਣਾਉਂਦੀ ਹਾਂ। ਅਤੇ ਉਨੀ ਦੇਰ ਤੱਕ ਦਾਲ ਜਿਹੜੀ ਹੈ ਨਾ, ਜਿਹੜੀ ਦਾਲ 'ਚ ਕਸਰ ਆ ਉਹ ਵੀ ਖਤਮ ਹੋ ਜਾਏਗੀ, ਨਰਮ ਹੋ ਜਾਏਗੀ। ਲਸਣ ਔਇਲ ਅੱਛੀ ਤਰ੍ਹਾਂ ਫਰਾਈ ਕਰਾਂਗੇ, ਇਹਦਾ ਤੁੜਕਾ ਬਣਾ ਲਾਂਗੇ, ਉਸ ਤੋਂ ਬਾਅਦ ਸਾਨੂੰ ਹਾਂਡੀ ਪਾਉਂਗੇ। ਅੱਛੀ ਤਰ੍ਹਾਂ ਇਹਨੂੰ ਬਣਾ ਲਾਂਗੇ, ਰਸ ਆ ਗਿਆ ਜਦੋਂ ਵੀ ਕੁਛ ਖੂਹਾਂ ਸ਼ੁਰੂ ਹੋ ਗਏ ਨਾ ਫਿਰ ਗੈਸ ਬੰਦ ਕਰ ਦਿੰਦੇ। ਲਸਣ ਦਾ ਤੁੜਕਾ ਜਿਹੜਾ ਹੈ ਨਾ ਸਾਡਾ ਤਿਆਰ ਹੋ ਗਿਆ ਵਾ। ਅਤੇ ਜਦੋਂ ਮੈਂ ਖੰਡ ਜਿਹਾ ਢੱਕਣ ਖੋਲਿਆ ਨਾ ਕੁੱਕਰ ਦਾ ਸੀਟੀ ਦਾ, ਅਤੇ ਫਿਰ ਪਾਵਾਂਗੇ ਚੁੱਲ੍ਹੇ ਉੱਪਰ ਹੀ ਰਹਿਣ ਨੂੰ ਉੱਪਰ ਢੱਕਣ ਦੇ ਦਿੱਤਾ ਵਾ। ਬਾਲਣ ਕਿੱਥੋਂ ਲੱਭ ਕੇ ਲਿਆਂਦਾ? ਬਸ ਤੁਰ ਫਿਰ ਕੇ ਫਿਰਦੇ ਤੋ। ਹਾਂ ਦੁਆ ਕਰੋ ਸਹੀ ਨਾਲ ਨਰਮ ਹੋ ਗਈ ਭੁੱਲ ਗਈ ਹੋਵੇ। ਪਾਣੀ ਤਾਂ ਜ਼ਬਰਦਸਤ ਪੀਣੇ ਵਾਸਤੇ ਹਨੇਰਾ ਹੁੰਦੇ ਤਾਂ ਕਾਲ ਕਰਿਓ ਕਿ ਬੋਤਲਾਂ ਭਰ ਕੇ ਅਤੇ ਗੱਡੀ 'ਚ ਰੱਖ ਦੇ ਮਿਹਰਬਾਨੀ ਕਰ ਭਲਾ ਹੋਵੇ। ਫਿਲਟਰ ਦਾ ਪਾਣੀ ਜੇ ਦਾਲ ਨਰਮ ਆ ਫਿਰ ਮੈਂ ਕਾਲ ਕਰਦਾ। ਹਾਂ ਪੈਸਾ ਪਾਣੀ ਦੇਖ ਕੇ ਸਦਕੇ ਜਾਵਾਂ। ਮੋਬਾਈਲ ਜਿੱਥੇ ਵੀ ਪਿਆ ਚਾਰ ਪਾਈ ਮੇਰੇ ਕੋਲ ਚੱਕ ਲਿਆ ਜੀ। ਪਾਪਾ ਦਾ ਪਾਪਾ ਦਾ ਇਹ ਕਹਿੰਦੀ ਪਾਪਾ ਦਾ ਪਾਪਾ ਦਾ ਆਪਣੀ ਮੰਮਾ ਨੂੰ ਵੀ ਨਹੀਂ ਦਿੰਦੀ ਜੀ। ਹੀਰਾ ਅੰਡਾ ਨਹੀਂ ਖਾਂਦੀ ਹੈਗੀ ਅਤੇ ਇੱਕ ਅੰਡਾ ਸੀ ਮੈਂ ਸਵੇਰ ਵਾਸਤੇ ਉਬਾ ਲਿਆ ਅਤੇ ਕਹਿੰਦੀ ਕਿਹਦੇ ਵਾਸਤੇ ਆਪਣੇ ਉਹਨੂੰ ਮੈਨੂੰ ਕਹਿ ਰਹੀ ਸੀ। ਮੈਂ ਕਿਹਾ ਵੀ ਤੇਰੇ ਪਾਪਾ ਲਈ ਪਾਪਾ ਜਾ। ਚਲੋ ਦੇਖੋ ਨਰਮ ਹੋਈ ਜਾਣੀ, ਬਸ ਦੁਆ ਕਰੋ ਹੁਣ ਮਿਕਸ ਹੋ ਗਿਆ ਖੁੱਲ ਗਈ ਹੁਣ। ਹਾਂ ਇੰਨੀ ਮਿਹਨਤ ਕਰਕੇ ਮੈਂ ਹਰੀਆਂ ਮਿਰਚਾਂ ਬਿਲਕੁਲ ਮੈਂ ਕਿਸੇ ਮਜ਼ੇ ਦੀ ਬਣੂੰਗੀ। ਅਤੇ ਪਾਣੀ ਜ਼ਬਰਦਸਤ ਇਹ ਤਾਂ ਮਜ਼ੇ ਦੀ ਬਣਨੀ ਸੀ। ਦਾਲ 'ਚ ਫਲ ਨਾ ਹੋਵੇ ਪਹਿਲਾਂ ਤੁਸੀਂ ਸੀਟੀ ਕੱਟ ਲਓ ਜਾਂ ਅੱਗ ਬੁੱਝ ਕੇ ਹੁਣ ਤਾਂ ਜ਼ਬਰਦਸਤ ਨਹੀਂ ਹੋਵੇ। ਹੋ ਗਏ ਅੱਛਾ ਜੀ ਇਸ ਦੇ ਨਾਲ ਅਸੀਂ ਵੀਡੀਓ ਦਾ ਐਂਡ ਕਰਦੇ ਹਾਂ। ਆਪਣਾ ਬਹੁਤ ਸਾਰਾ ਪਿਆਰ ਰੱਖ ਰੱਬ ਸਾਹਿਬ ਦੇ ਵਾਲੇ ਦਾ ਖਾਣਾ ਅਸੀਂ ਆਹ ਤੁੜਕਾ ਜਿਹੜਾ ਬਣਾਇਆ ਇਹ ਪਾਉਣਾ ਸਾਡੇ ਕੋਲ ਪਾ ਲਾਂਗੇ। ਉਹ 'ਚ ਕਲਟੀ ਕਰ ਲਾਣੀ ਸੀ ਨਾ ਉਹ ਠੰਡਾ ਹੋ ਗਿਆ ਸੀ ਸਾਰਾ ਤਾਂ ਨਹੀਂ ਪਾਉਣਾ ਸੀ।